ਦਿੱਕਤ ਵੀ ਇਸ ਕੋਲ ਦੀ ਅਸੀਂ ਘਾਹ ਪੱਠੇ ਲੈ ਕੇ ਜਾਂਦੇ ਵੀ ਸਾਨੂੰ ਟੱਪਾ ਨੀ ਦਿੰਦੇ ਜੀ ਇੱਥੋਂ ਸਾਡਾ ਰਸਤਾ ਨੀ ਸਹੀ ਬਣ ਦਿਆ ਕਰਦੇ ਇਹ ਚਾਰ ਬੰਦੇ ਆ ਜੀ ਪੰਜ ਇਹਨੇ ਸਾਨੂੰ ਬਹੁਤ ਤੰਗ ਕੀਤਾ ਵਾ ਜੀ ਇਹਨੇ ਐਡੀ ਬੋਰਡ ਲਾ ਦਿੱਤੇ ਨੇ ਜੀ ਅਸੀਂ ਸਟੇ ਕਰਾਏ ਵਿਆਹ ਕਰਾਏ ਕੁਛ ਨੀ ਜੀ ਕੀਤਾ ਵਾ ਇਹਨਾਂ ਨੇ ਇਹ ਸਾਨੂੰ ਲੋਕਾਂ ਨੂੰ ਓਨ ਕਰ ਦਿੰਦੇ ਹੈਗੇ ਜੀ ਧਮਕੀਆਂ ਦੇ ਰਹੇ ਜੀ ਸਾਨੂੰ ਇਹ ਸਾਡੇ ਰਸਤੇ ਦਾ ਹੱਲ ਹੋਣਾ ਚਾਹੀਦਾ ਜੀ ਨਾ ਇਹ ਸਰਕਾਰ ਦਾ ਮੰਨਦੇ ਕਿਸੇ ਦਾ ਕਹਿਣਾ ਨਾ ਕਿਸੇ ਦਾ ਵੀ ਬੰਦਿਆਂ ਦਾ ਵੀ ਆਪਣੇ ਪਿੰਡ ਦਿਆਂ ਦਾ ਸਾਡੇ ਇਸ ਰਸਤੇ ਦਾ ਹੱਲ ਹੋਣਾ ਚਾਹੀਦਾ ਜੀ ਅਸੀਂ ਅੱਜ ਇਸ ਪੁਲਿਸ ਦੇ ਮਾਮਲੇ ਚ ਇਕੱਠੇ ਹੋਏ ਤੇ ਤੇ ਇਹ ਜਿਹੜਾ ਪੁਲ ਬਣ ਰਿਹਾ ਸਰਕਾਰ ਨੇ 16 ਕਰੋੜ ਰੁਪਇਆ ਲਾ ਕੇ ਦੋਹਾਂ ਨਹਿਰਾਂ ਤੇ ਪੁਲ ਬਣਾਇਆ ਤੇ ਪਹਿਲਾਂ ਤੋਂ ਹੀ ਜਦੋਂ ਮਤਲਬ ਪੁਲ ਦਾ ਜਿਹੜਾ ਨਕਸ਼ਾ ਹੈ ਉਹ ਕੁਛ ਹੋਰ ਤਾ ਜੀ ਤੇ ਇਹ ਜਿਹੜੇ 4-5 ਬੰਦੇ ਆ ਇਹਨਾਂ ਦੇ ਥੋੜੇ ਅੱਗੇ ਘਰਾਂ ਦੇ ਤੇ ਉਹਨਾਂ ਦੀ ਵਜ੍ਹਾ ਨਾਲ ਵੀ ਸਾਡੇ ਘਰ ਨਾ ਵਿੱਚ ਆਣ ਇਹਨੇ ਨਕਸ਼ਾ ਚੇਂਜ ਕਰਾ ਦਿੱਤਾ ਜਦੋਂ ਪਹਿਲਾਂ ਜਿਹੜੀ ਸਕੂਲ ਦੀ ਜਗ੍ਹਾ ਉਹ 6 ਮਰਲੇ ਲਈ ਤੀ ਫਿਰ ਜਦੋਂ ਨਕਸ਼ਾ ਚੇਂਜ ਹੋ ਗਿਆ ਉਹਦੇ ਕਰਕੇ ਸਾਨੂੰ ਥੋੜੀ ਜਿਹੀ ਜਗ੍ਹਾ ਦੀ ਦਿੱਕਤ ਆ ਰਹੀ ਹੈ ਥੋੜੀ ਜਗ੍ਹਾ ਹੋਰ ਬਣਦੀ ਲੈਣੀ ਤੇ ਹੁਣ ਇਹ ਬੰਦੇ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਹੋਰ ਨਹੀਂ ਵਧਣ ਦੇਣੇ ਉਸੇ 6 ਮਰਲੇ 'ਚ ਬਣਾਓ ਤੁਸੀਂ ਜਿਹੜਾ ਰਸਤਾ ਹੈ ਤੇ ਇਹਨਾਂ ਨੂੰ ਮਹਿਕਮੇ ਨੇ 32 ਲੱਖ ਰੁਪਇਆ ਵੀ ਦੇ ਦਿੱਤਾ ਉਹ 6 ਮਰਲੇ ਦਾ ਤੇ 32 ਲੱਖ ਰੁਪਇਆ ਪੇਮੈਂਟ ਹੋ ਚੁੱਕੀ ਵੀ ਹੈ ਉਸ ਤੋਂ ਬਾਅਦ ਇਹ ਪੁਲ ਬਣ ਰਿਹਾ ਤਾਂ ਕਦੇ ਕੋਈ ਪਰੇਸ਼ਾਨੀ ਪਾਉਂਦੇ ਸਿਰਫ 4-5 ਬੰਦੇ ਆ ਬਾਕੀ ਸਾਰਾ ਪਿੰਡ ਇੱਕ ਹੈ ਸਾਰੇ ਪਿੰਡੋਂ ਖੁਸ਼ੀ ਹੈ ਵੀ ਸਰਕਾਰ ਨੇ ਸਾਨੂੰ ਐਡਾ ਬੜਾ ਪੁਲ ਦੇ ਦਿੱਤਾ ਇਸ ਪੁਲ ਨਾਲ ਸਾਰਿਆਂ ਨੂੰ ਫਾਇਦਾ ਹੈ ਆਲੇ ਦੁਆਲੇ ਦੇ 30-40 ਪਿੰਡ ਹੈ ਜਿਹੜੇ ਉਹ ਇਸੇ ਪੁਲ ਤੇ ਟੱਪਣਗੇ ਕਿਉਂਕਿ ਜਿੰਨੇ ਵੀ ਪਹਿਲਾਂ ਪੁਰਾਣੇ ਪੁਲ ਬਣੇ ਆ ਉਹ ਸਾਰੇ ਡੈਮੇਜ ਹੋ ਚੁੱਕੇ ਆ ਤੇ ਇਹ ਪੁਲ ਹੁਣ ਡਾਇਰੈਕਸ਼ਨ ਚੇਂਜ ਹੋਣੇ ਕਰਕੇ ਜਿਹੜੀ ਸਕੂਲ ਦੀ ਹੈ ਥੋੜ੍ਹੀ ਜਿਹੀ ਰਸਤੇ ਦੀ ਪ੍ਰੋਬਲਮ ਆ ਰਹੀ ਹੈ ਰਸਤਾ ਇਹ ਕਹਿੰਦੇ ਵੀ 11 ਫੁੱਟ ਬਣਾਓ ਜਿਹੜਾ ਟਰਨ ਹੈ ਹੁਣ ਤੁਸੀਂ ਦੱਸੋ ਵੀ 11 ਫੁੱਟ ਦੇ ਵਿੱਚ ਟਰਨ ਦੇ ਵਿੱਚ ਕੋਈ ਬੜੀ ਗੱਡੀ ਟੱਪ ਸਕਦੀ ਹੈ ਔਰ ਹੈ ਵੀ ਟਰਨ ਹੈ ਸਿੱਧੀ ਤਾਂ ਜਾ ਸਕਦੀ ਹੈ ਪਰ ਟਰਨ ਦੇ ਉੱਤੇ ਨਹੀਂ ਜਾ ਸਕਦੀ ਦੂਜਾ ਜਦੋਂ ਟ੍ਰੈਫਿਕ ਵਧਣੀ ਇਹ ਸਕੂਲ ਦਾ ਜਿਹੜਾ ਗੇਟ ਹੈ ਇਹ ਕਹਿੰਦੇ ਵੀ ਗੇਟ ਹੈ ਬਿਲਕੁਲ ਰੋਡ ਦੇ ਨਾਲ ਲਾਇਆ ਜਾਵੇ ਅਸੀਂ ਕਹਿੰਦੇ ਵੀ ਥੋੜ੍ਹਾ ਜਿਹਾ ਪਿੱਛੇ ਹਟਾ ਕੇ ਲਾਇਆ ਜਾਵੇ ਤਾਂ ਜੋ ਬੱਚੇ ਆ ਜਿਹੜੇ ਉਹ ਬਾਹਰ ਖੜ ਕੇ ਦੇਖ ਕੇ ਰੋਡ ਤੇ ਚੜ੍ਹਨ ਕੋਈ ਗੱਡੀ ਸਕੂਲ ਚੋਂ ਨਿਕਲਦੀ ਜਾਂ ਅੰਦਰ ਵੜਦੀ ਹੈ ਉਹ ਸੇਫ ਰਹੇ ਕਿਉਂਕਿ ਜਦੋਂ ਟ੍ਰੈਫਿਕ ਵਧਣੀ ਬੜੀਆਂ ਗੱਡੀਆਂ ਉੱਪਰ ਤੇ ਅਤਰਾਈ ਪੈਂਦੀ ਹੈ ਤੇ ਅਤਰਾਈ ਦੇ ਵਿੱਚ ਮੰਨ ਲਓ ਬ੍ਰੇਕ ਫੇਲ ਹੋ ਗਈ ਕਿਸੇ ਦੀ ਬੱਚੇ ਅੱਗੇ ਖੜੇ ਹੋਣ ਤਾਂ ਕਿਆ ਕਰ ਸਕਦਾ ਕੋਈ ਜੇ ਜਗ੍ਹਾ ਹੋਊਗੀ ਤਾਂ ਪਿੱਛੇ ਨੂੰ ਹਟ ਤਾਂ ਸਕਦੇ ਆ ਜਦੋਂ ਦੀਵਾਰ ਹੋਣੀ ਸਕੂਲ ਦੀ ਤਾਂ ਬੱਚਿਆਂ ਨੇ ਕਿੱਥੇ ਜਾਣਾ ਅਸੀਂ ਇਹ ਸਾਰੀ ਮਤਲਬ ਜਿਹੜੀ ਕੰਡੀਸ਼ਨ ਨੂੰ ਸੋਚਦੇ ਹੋਏ ਅਸੀਂ ਕਹਿੰਦੇ ਵੀ ਜੋ ਸਹੀ ਤਰੀਕੇ ਨਾਲ ਬਣਦੀ ਹੈ ਉਹ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਔਰ ਜਿਹੜੀ ਇਹ ਸਕੂਲ ਦੀ ਜਗ੍ਹਾ ਏ ਕਿਸੇ ਦੀ ਉਹ ਨਹੀਂ ਹੈ ਪਰਸਨਲ ਨਹੀਂ ਹੈਗੀ ਇਹ ਜਦੋਂ ਮਰੱਬਾਬੰਦੀ ਹੋਈ ਉਸ ਟਾਈਮ ਸਾਰੇ ਪਿੰਡ ਦੇ ਮਤਲਬ ਥੋੜਾ ਥੋੜਾ ਰਕਬਾ ਲੈ ਕੇ ਇਹ ਘੱਟ ਹੋਈਆਂ ਤੀਆਂ ਸਾਂਝੇ ਜਗ੍ਹਾ ਇਹ ਜੁਮਲਾ ਮਸ਼ਤਰਕਾ ਮਾਲਕਾਨ ਜਗ੍ਹਾ ਏ ਠੀਕ ਹੈ ਜੀ ਔਰ ਮਹਿਕਮਾ ਤਲੀਮ ਹੈ ਇਹ ਪਹਿਲਾ ਸਕੂਲ ਵੀ ਜਿਹੜਾ ਏ ਸਾਂਝੇ ਮਤਲਬ ਪਬਲਿਕ ਵਾਸਤੇ ਹੈ ਤੇ ਇਹ ਰਸਤਾ ਵੀ ਸਾਂਝੀ ਪਬਲਿਕ ਵਾਸਤੇ ਹੀ ਬਣਨਾ ਬਈ ਜਿਹੜਾ ਇਹ ਪੁਲ ਬਣਿਆ ਨਾ ਜੀ ਆਪਣਾ ਮੇਰਾ ਨਾਮ ਸੁਰਿੰਦਰ ਕੁਮਾਰ ਪਿੰਡ ਜਾਂਦਲਾ ਇਹ ਜਿਹੜਾ ਪੁਲ ਬਣਿਆ ਨਾ ਜੀ ਬਹੁਤ ਵਧੀਆ ਪੁਲ ਬਣਾਇਆ ਇਹ ਘੱਟੋ ਘੱਟ 40 ਪਿੰਡਾਂ ਨੂੰ ਲਗਭਗ ਜੋੜੂਗਾ ਇਹ ਪਿੰਡ ਪੁਲ ਜੀ ਇਸ ਪੁਲ ਨੂੰ ਜਲਦੀ ਤੋਂ ਜਲਦੀ ਤਿਆਰ ਕਰਨ ਵਾਸਤੇ ਨੇ ਮੰਤਰੀ ਸਾਹਿਬ ਨੇ ਖਾਸ ਨਿਰਦੇਸ਼ ਦਿੱਤੇ ਹੋਏ ਨੇ ਵੀ ਜਲਦੀ ਤਿਆਰ ਕਰਵਾਓ ਇਹ ਪੁਲ ਨੂੰ ਨਾਲ ਇੱਥੇ ਸਕੂਲ ਲੱਗਦਾ ਜੀ ਬਿਲਕੁਲ ਹੁਣ ਜਿਹੜਾ ਅਸਲੀ ਮੰਤਵ ਇਹ ਹੈ ਕਿ ਜਿਹੜੇ ਅਸੀਂ ਇਕੱਠੇ ਹੋਏ ਇਸ ਕਰਕੇ ਹੋਏ ਕਿ ਇੱਕ ਇਹ ਰਸਤਾ ਸਲਿੱਪ ਰੋਡ ਹੈ ਜਿਹੜਾ ਕਿ ਦੜੋਲੀ ਤਰਫ ਜਾ ਰਿਹਾ ਇਸੇ ਰੋਡ ਦੇ ਚੱਕਰ ਕਰਕੇ ਮਤਲਬ ਲੜਾਈ ਪੈਦਾ ਹੋ ਗਈ ਇੱਥੇ ਜਿਹੜੇ ਬੰਦੇ ਸ਼ਰਾਰਤੀ ਅਨਸਰ ਹੈਗੇ ਆ
ਉਹ ਬੜੇ ਸੋਹਣੇ ਪਹਿਲਾਂ ਵਧੀਆ ਚੱਲੇ ਵੇ ਤੇ ਸਾਰਾ ਕੁਝ ਠੀਕ ਚੱਲ ਰਿਹਾ ਤਾਂ ਉਹਨਾਂ ਦੇ ਵੀ ਘਰ ਬਚਾਏ ਆ, ਪੁਲ ਦਾ ਨਕਸ਼ਾ ਚੇਂਜ ਹੋਇਆ, ਉਹ ਆਪਣਾ ਮਤਲਬ ਸਾਰਾ ਸੇਫ ਹਰੇਕ ਚੀਜ਼ਾਂ ਦੇਖਦੇ ਹੋਏ ਲਾਸਟ ਵਿੱਚ ਹੁਣ ਇੱਕ ਰਸਤਾ ਰਹਿ ਗਿਆ ਤਾ ਸਲਿਪ ਰੋਡ ਔਰ ਇੱਕ ਸਕੂਲ ਦਾ ਗੇਟ। ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜਿਹੜਾ ਸਕੂਲ ਦਾ ਗੇਟ ਹੈ ਉਹ ਵੀ ਸੇਫ ਬਣਾਇਆ ਜਾਵੇ, ਪਿੱਛੇ ਹਟਾ ਕੇ ਬਣਾ ਲਓ, ਔਰ ਜਿਹੜਾ ਸਲਿਪ ਰੋਡ ਹੈ ਵਧੀਆ ਤਰੀਕੇ ਨਾਲ ਰਸਤਾ ਖੋਲ੍ਹ ਦਿਓ ਕਿ ਕੱਲ੍ਹ ਨੂੰ ਕਿਸੇ ਨੂੰ ਦਿੱਕਤ ਨਾ ਆਵੇ। ਇਹ ਟ੍ਰੈਫਿਕ ਇੱਥੇ ਵਧਣੀ ਹੀ ਵਧਣੀ ਹੈ, ਬਾਕੀ ਸਾਈਡਾਂ ਦੇ ਜਿਹੜੇ ਜਿੰਨੇ ਵੀ ਪੁਲ ਹੈ ਸਾਰੇ ਖਤਮ ਹੀ ਹੋ ਗਏ ਇੱਕ ਤਰ੍ਹਾਂ ਦੇ। ਇਹੀ ਪੁਲ ਹੁਣ ਚੱਲੂਗਾ ਬਹੁਤ ਵਧੀਆ ਤਰੀਕੇ ਨਾਲ, ਜ਼ਿਆਦਾ ਟ੍ਰੈਫਿਕ ਹੋਣੀ, ਬਸ ਉਹਦੇ ਬਾਅਦ ਪਤਾ ਨਹੀਂ ਇਹਨਾਂ ਨੂੰ ਕਿਹਾ ਹੋਇਆ ਕਿਆ ਨਹੀਂ, ਆਪਸੀ ਰੰਜਿਸ਼ਾਂ ਕੋਈ ਹੈਗੀਆਂ। ਸਾਡੇ ਦੋ ਬੰਦਿਆਂ ਦੇ ਬਾਈ ਨੇਮ ਸੰਮਨ ਕਢਾ ਤੇ ਨਾਲ ਕੰਪਨੀ ਨੂੰ ਅਟੈਚ ਕਰਕੇ ਨਾਲ PWD ਨੂੰ ਕਰਕੇ, ਉਹ ਤੋਂ ਬਾਅਦ ਇੱਕ ਬੋਰਡ ਵੀ ਲਾਤਾ ਜੀ ਨੇ ਇੱਥੇ ਅਦਾਲਤੀ ਸੂਚਨਾ ਦਾ, ਸਟੇ ਇਹਨਾਂ ਨੂੰ ਹੈ ਨਹੀਂ ਮਿਲੀ ਵੀ, ਨਾ ਇਹ ਸਟੇ ਲਿਆ ਪਾਏ। ਇਹ ਚੀਜ਼ਾਂ ਮਤਲਬ ਕਰ ਰਹੇ ਆ, ਇਹ ਬਣਦੀ ਕਾਨੂੰਨੀ ਕਾਰਵਾਈ ਚਾਹੀਦੀ ਨਾ, ਪਰ ਤੰਗ ਪਰੇਸ਼ਾਨ ਕਰ ਰਹੇ, ਰੋਲਾ ਇਹ ਪਾਤਾ ਵੀ ਕੰਮ ਬੰਦ ਹੈ ਜੀ, ਬੰਦ ਹੈ। ਹੁਣ ਅੱਜ ਦੇਖੋ ਉਹ ਪਰਲੀ ਸਾਈਡ ਤੇ ਕੰਮ ਚਲਾ ਰਹੇ, ਜਿਹੜਾ ਜ਼ਰੂਰੀ ਕੰਮ ਹੈ ਉਹ ਨਹੀਂ ਕਰ ਰਹੇ, ਉਹ ਪਰਲੀ ਸਾਈਡ ਤੇ ਤਿਆਰ ਕਰਨਾ ਸ਼ੁਰੂ ਕਰਤਾ, ਪੱਟ ਪਟਾਈ ਕਰਕੇ ਇੰਨਾ ਖਲਾਰਾ ਪਾਇਆ ਵਾ, ਡਿੱਗੀ ਜਾਂਦੇ। ਦੋ ਦਿਨ ਪਹਿਲਾਂ ਇੱਥੇ ਟੈਂਪੂ ਵਗੈਰਾ ਪਲਟੇ, ਅੱਜ ਫੇਰ ਸਾਡੇ ਸਾਹਮਣੇ ਇੱਥੇ ਅੱਖਾਂ ਸਾਹਮਣੇ ਮੋਟਰਸਾਈਕਲ ਵਾਲੇ ਪੁੱਠੇ ਹੋ ਗਏ ਜੀ। ਦੱਸੋ ਕਿਆ ਕਰ ਸਕਦੇ, ਸਾਡਾ ਕੋਈ ਮਤਲਬ ਨਹੀਂ ਹੈ ਕਿਸੇ ਨਾਲ ਲੜਾਈ ਝਗੜੇ ਦਾ। ਅਸੀਂ ਕਹਿੰਦੇ ਇਹ ਸਕੂਲ ਦਾ ਗੇਟ ਹੈ ਜੋ ਬੱਚਿਆਂ ਦੀ ਸੇਫਟੀ ਰੱਖੀ ਜਾਵੇ, ਔਰ ਰਸਤਾ ਖੁੱਲ੍ਹਾ ਡੁੱਲਾ ਦੇ ਦਿਓ, ਬਾਕੀ ਹੋਰ ਕੁਛ ਨਹੀਂ ਹੈ ਜੀ। ਇਹਨੂੰ ਛੇਤੀ ਤੋਂ ਛੇਤੀ ਕਰ ਦਿਓ, ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਵੀ ਬੜੇ ਧਿਆਨ ਨਾਲ ਜੀ ਇਹਨੂੰ ਗੁਜ਼ਾਰਿਸ਼ ਇਹਨੂੰ ਕਰ ਦਿਓ ਕੰਪਲੀਟ ਜੋ ਵੀ ਹੈ। ਇਹ ਮੁੱਦਾ ਜੀ ਰਸਤੇ ਦਾ ਮਸਲਾ ਇਹ ਹੈ, ਆਪਾਂ ਨੂੰ ਸੜਕ ਥੋੜ੍ਹੀ ਚੌੜੀ ਕਰਨੀ ਹੈ, ਆਪਾਂ ਇੱਕ ਸਾਈਡ ਦੀ ਪਟਾਈ ਕੀਤੀ ਹੋਈ ਹੈ, ਉਹਦਾ ਕੰਮ ਚੱਲ ਰਿਹਾ ਹੈ, ਪਰ ਪਿੰਡ ਵਾਲਿਆਂ ਦਾ ਕਹਿਣਾ ਇਹ ਹੈ ਕਿ ਪਹਿਲਾਂ ਸਕੂਲ ਵਾਲੀ ਬਾਉਂਡਰੀ ਵਾਲ ਹੈ, ਇਹਦਾ ਕੰਮ ਕੀਤਾ ਜਾਵੇ। ਹਾਂਜੀ ਠੀਕ ਹੈ, ਇਹਦਾ ਕੰਮ ਆਪਾਂ ਕੱਲ੍ਹ ਤੋਂ ਸ਼ੁਰੂ ਕਰਵਾ ਦਾਂਗੇ ਜੀ। ਜਿੱਦਾਂ ਇਹਨਾਂ ਨੇ ਦੱਸਿਆ ਵੀ ਰਸਤੇ ਦੀ ਜਿਹੜੀ ਦਿੱਕਤ ਵੀ ਆ ਰਹੀ ਹੈ ਉਹ ਵੀ ਕਲੀਅਰ ਹੋ ਜਾਏਗਾ ਕਿ? ਹਾਂਜੀ ਕਲੀਅਰ ਹੋ ਜਾਣੀ ਹੈ ਜੀ, ਅਸੀਂ ਤਾਂ ਖੁਦਾਈ ਜਿਹੜੀ ਉਹਦੇ ਹਿਸਾਬ ਨਾਲ ਹੀ ਕੀਤੀ ਹੈ। ਅੱਛਾ ਠੀਕ ਹੈ ਸਰ, ਇਹਦੇ ਪਰ ਕੋਈ ਸਟੇ ਵੀ ਹੈ ਜਿਹੜਾ ਇੱਕ ਬੋਰਡ ਲਗਾਇਆ ਗਿਆ? ਸਟੇ ਕੋਈ ਨਹੀਂ ਹੈ, ਸਟੇ ਕੋਈ ਨਹੀਂ ਹੈ ਜੀ, ਇੱਕ ਬੋਰਡ ਲਗਾਇਆ। ਨੋਟਸ ਵਗੈਰਾ ਜ਼ਰੂਰ ਆਏ ਆ ਵੀ ਕਿਸੇ ਨੇ ਕੇਸ ਪਾਇਆ ਹੈ, 18 ਤਰੀਕ ਉਹਦੀ ਪਈ ਹੈ। ਅੱਛਾ ਆਪਾਂ ਦੇਖ ਲੈਂਦੇ ਹਾਂ ਜੀ ਉਹਦਾ ਨੋਟਸ ਦਾ ਵੀ ਜਵਾਬ। ਠੀਕ ਹੈ, ਫਿਲਹਾਲ ਕੰਮ ਫਿਲਹਾਲ ਚੱਲ ਰਿਹਾ ਜੀ ਕੰਮ। ਠੀਕ ਹਾਂਜੀ, ਇਹ ਜੋ ਪੁਲ ਬਣਿਆ ਇਹ ਕੋਈ ਸਾਡਾ ਇੱਕ ਪਿੰਡ ਵਾਸਤੇ ਨਹੀਂ ਹੈ, ਇਹ ਘੱਟੋ ਘੱਟ 35-40 ਪਿੰਡਾਂ ਦਾ ਭਲਾ ਹੋਇਆ ਹੈ, ਸਰਕਾਰ ਦਾ ਅਸੀਂ ਬਹੁਤ ਸ਼ੁਕਰਾਨਾ ਕਰਦੇ ਹਾਂ। ਪਰ ਹੁਣ ਇਹ ਥੋੜ੍ਹਾ ਜਿਹਾ ਕੰਮ ਕਰਕੇ ਰੁਕ ਗਿਆ। ਇਹ ਜੋ ਰੈਂਪ ਔਰ ਜਾਂ ਇਹ ਰੋਡ ਜੋ ਸਾਹਮਣੇ ਤੁਸੀਂ ਦੇਖ ਰਹੇ ਹਨ, ਇਹ ਸਕੂਲ ਦੀ ਜਗ੍ਹਾ ਵਿੱਚ ਆ ਗਏ। ਕੁਛ ਲੋਕ ਹੈ ਜਿਹੜੇ ਕਹਿ ਰਹੇ ਕਿ ਇਹ ਜਗ੍ਹਾ ਸਾਡੀ ਮਲਕੀਅਤ ਹੈ, ਅਸੀਂ ਇਸ ਕੰਮ 'ਤੇ ਰੋਕ ਲਗਾ ਦਿੱਤੀ। ਉਹ ਵੀ ਇੱਕ ਝੂਠ ਹੈ ਜੋ ਅਦਾਲਤੀ ਸੂਚਨਾ ਸਾਹਮਣਾ ਬੋਰਡ 'ਤੇ ਲਾਈ ਹੋਈ ਹੈ, ਔਰ ਕੋਈ ਸਾਨੂੰ ਕੋਈ ਅਲਟੀਮੇਟ ਕੋਈ ਨੋਟਿਸ ਕੋਈ ਹੋਰ ਕੋਈ ਚਿੱਠੀ ਪੱਤਰ ਅਦਾਲਤ ਵੱਲੋਂ ਸਾਨੂੰ ਕਿਸੇ ਨੂੰ ਵੀ ਨਹੀਂ ਆਇਆ ਕਿ ਇਹ ਕੰਮ ਬੰਦ ਕੀਤਾ ਜਾਵੇ। ਕੋਈ ਜਿਹਨੂੰ ਅਸੀਂ ਸਟੇ ਔਰਡਰ ਕਹਿੰਦੇ ਹਨ, ਸਾਡੇ ਕੋਲ ਕੋਈ ਔਰਡਰ ਨਹੀਂ ਹੈ, ਬਟ ਡਿਪਾਰਟਮੈਂਟ ਨੇ ਉਹ ਬੋਰਡ ਦੇਖ ਕੇ ਸਾਰਾ ਕੰਮ ਬੰਦ ਕਰ ਦਿੱਤਾ। ਇਹ ਜਗ੍ਹਾ ਜਿਹੜੀ ਹੈ ਇਹਨਾਂ ਦੇ ਬਜ਼ੁਰਗਾਂ ਨੇ ਸਕੂਲ ਵਾਸਤੇ ਦਾਨ ਦਿੱਤੀ ਸੀ, ਔਰ ਉਹ ਜਿਹੜੀਆਂ ਫਰਦਾਂ ਹੈ ਜੁਮਲਾ ਮੁਸ਼ਤਰਕਾ ਜੁਮਲਾ ਮਾਲਕਿਨ ਲਿਖਿਆ ਹੋਇਆ ਤਾ, ਔਰ ਅਸੀਂ ਜਦੋਂ ਹੁਣ ਫਰਦ ਕੱਢੀ ਤਾਂ ਹੁਣ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਮਹਿਕਮਾ ਤਲੀਮ ਲਿਖਿਆ ਹੋਇਆ ਹੈ। ਸੋ ਅਸੀਂ ਚਾਹੁੰਦੇ ਹਨ ਕਿ ਸਾਡਾ ਪੁਲ ਨਾਲ ਸੰਬੰਧ ਹੈ, ਜਗ੍ਹਾ ਸਾਡੀ ਨਾ ਅਸੀਂ ਘਰ ਨੂੰ ਲੈ ਕੇ ਜਾਣੀ ਨਾ ਕਿਸੇ ਹੋਰ ਨੇ ਲੈ ਕੇ ਜਾਣੀ, ਇਹ ਲੋਕਾਂ ਦੇ ਭਲੇ ਵਾਸਤੇ ਅਸੀਂ ਅੱਗੇ ਆਏ ਹਾਂ ਪੂਰੇ ਪਿੰਡ ਵਾਸੀ, ਤਾਂ ਕਿ ਕੋਈ ਇੱਥੇ ਹਾਦਸਾ ਨਾ ਹੋਵੇ, ਬੱਚੇ ਸਾਡੇ ਸੇਫ ਰਹਿਣ, ਬੱਚੇ ਵੀ ਇੱਥੇ ਵੱਧ ਤੋਂ ਵੱਧ ਪਿੰਡ ਜਾਂਦਰਾ ਉੱਪਰ ਦੇ ਪੜ੍ਹਦੇ ਹਨ।
ਥੱਲੇ ਵਾਲੇ ਪਿੰਡ ਦੇ ਮੁਸ਼ਕਲ ਨਾਲ 2 ਜਾਂ 3 ਬੱਚੇ ਆ ਰਹੇ ਇੱਥੇ, ਪੂਰਾ ਪਿੰਡ ਜਾਂਦਲਾ ਉੱਪਰ ਦੇ ਬੱਚੇ ਪੜ੍ਹਿਆ ਕਰਦੇ ਹਨ। ਸਾਨੂੰ ਇਹ ਚਿੰਤਾ ਹੈ ਜਿਸ ਤਰ੍ਹਾਂ ਨਾਲ ਗੇਟ ਇਹ ਚੁਰਸਤੇ ਤੇ ਲਾ ਰਹੇ ਹਨ ਜਾ ਕੇ, ਤੇ ਬੱਚਿਆਂ ਨੂੰ ਖਤਰਾ, ਐਕਸੀਡੈਂਟ ਦਾ ਪੂਰਾ ਬਣਿਆ ਹੋਇਆ ਹੈ। ਸੋ ਸਾਰੇ ਅਸੀਂ ਮਿਲ ਕੇ ਇਹ ਮੁੱਦਾ ਚੱਕਦੇ ਹਨ ਕਿ ਬੱਚਿਆਂ ਨੂੰ ਸੇਫ ਕਰੋ, ਪਬਲਿਕ ਨੂੰ ਸੇਫ ਕਰੋ, ਰੋਡ ਜਿਹੜੀ ਹੈ ਜ਼ਰੂਰਤ ਜਿੰਨੀ ਹੈ ਉਨੀ ਜਗ੍ਹਾ ਦੇ ਵਿੱਚੋਂ ਲਈ ਜਾਵੇ, ਵਾਧਾ ਅਸੀਂ ਨਹੀਂ ਕਹਿੰਦੇ, ਜਿੰਨੀ ਜ਼ਰੂਰਤ ਹੈ ਉਨੀ ਲੈ ਲਈ ਜਾਵੇ ਔਰ ਬੱਚੇ ਸੇਫ ਹੋਣ, ਪਬਲਿਕ ਸੇਫ ਹੋਵੇ। ਧੰਨਵਾਦ ਜੀ। ਤਕਰੀਬਨ ਕਿੰਨਾ ਕੁ ਪਿੰਡਾਂ ਨੂੰ ਇਸ ਚੀਜ਼ ਦਾ ਫਾਇਦਾ ਹੋਣਾ? 40-45 ਪਿੰਡ, ਜਿੰਨੇ ਵੀ ਪਹਾੜੀ ਪਿੰਡ ਹੈ ਸਾਰੇ ਹੀ, ਔਰ ਦੰਗੂਵਾਲ ਤੋਂ ਲੈ ਕੇ ਰਾਏਪੁਰ ਤੱਕ ਸਾਰੇ ਪਿੰਡ ਤੁਸੀਂ ਗਿਣ ਸਕਦੇ ਹੋ, ਕਿੰਨੇ ਪਿੰਡ ਬਣ ਜਾਣੇ ਇਹ, ਪੂਰੇ ਪਹਾੜ ਦੇ ਪਿੰਡ ਸਾਰੇ ਇਸੀ ਪੁਲ ਨੂੰ ਉਹ ਸਾਰੇ ਲਾਭ ਲੈਣਗੇ ਦਾ। ਔਰ ਇੱਥੇ ਟ੍ਰੈਫਿਕ ਬਹੁਤ, ਆਵਾਜਾਈ ਬਹੁਤ ਜ਼ਿਆਦਾ ਹੋ ਜਾਣੀ ਹੈ ਕਿਉਂਕਿ ਦੜੋਲੀ ਪਿੰਡ ਦਾ ਜਿਹੜਾ ਪੁਲ ਹੈ ਉਹ ਵੀ ਡੈਮੇਜ ਹੈ, ਬ੍ਰਹਮਪੁਰ ਪਿੰਡ ਦਾ ਵੀ ਪੁਲ ਡੈਮੇਜ ਹੈ, ਸਾਰੇ ਪਿੰਡ ਇੱਥੋਂ ਹੀ ਗੁਜ਼ਰਨਗੇ ਸਭ ਲੋਕ ਜਿੰਨੇ ਵੀ ਹੈ। ਇਸ ਕਰਕੇ ਸਾਡਾ ਪਿੰਡ ਦੇ ਇੱਕ ਬੱਚਾ, ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰੇ ਸਹਿਮਤ ਹਨ ਕਿ ਰਸਤਾ ਪਬਲਿਕ ਦਾ ਸਹੀ ਹੋ ਜਾਵੇ, ਸਾਰੇ ਪਿੰਡ ਦੇ ਲੋਕ ਚਾਹੁੰਦੇ ਹਨ। ਇਹ ਮੈਂ ਕਹਿ ਨਹੀਂ ਸਕਦਾ ਅੰਦਰੀਆਂ ਕਿੰਨੇ ਹੋਣਗੇ ਮੈਨੂੰ ਨਹੀਂ ਪਤਾ, ਪਰ ਜੋ ਸਾਹਮਣੇ ਆਏ ਹਨ ਉਹ 2-4 ਵਿਅਕਤੀ ਹੀ ਹਨ। ਅਗਲਾ ਸਟੈਪ ਹੁਣ ਮੈਂ ਨਹੀਂ ਲੈ ਰਿਹਾ, ਪਬਲਿਕ ਜੋ ਪਿੰਡ ਵਾਸੀ ਹੈ ਇਹ ਜੋਸ਼ ਦੇ ਵਿੱਚ ਇਹ ਆਪਣੀ ਹੋਸ਼ ਵੀ ਖੋ ਬੈਠਦੇ ਹਨ। ਮੈਂ ਸਰਕਾਰ ਨੂੰ ਵੀ ਇਹ ਦੱਸ ਦੇਣਾ ਚਾਹੁੰਦਾ ਹਾਂ, ਜੋਸ਼ ਦੇ ਵਿੱਚ ਹੋਸ਼ ਵੀ ਖੋ ਬੈਠਦੇ ਹਨ, ਜਦੋਂ ਪਬਲਿਕ ਇਕੱਠੀ ਹੁੰਦੀ ਉਹਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਹੁਣੇ ਤੁਸੀਂ ਦੇਖਿਆ ਹੋਣਾ ਕੰਮ ਬੰਦ ਕਰਾ ਦਿੱਤਾ, ਸਾਡੀ ਨੀਤੀ ਇਹ ਨਹੀਂ ਹੈ ਕਿ ਕੰਮ ਬੰਦ ਹੋਣ ਜਾਂ ਰੋਡ ਬੰਦ ਹੋਣ, ਇਹ ਕਿਤੇ ਇਹੋ ਜਿਹਾ ਕੰਮ ਨਾ ਕਰ ਬੈਠਣ, ਤਾਂ ਕਿ ਮੇਰੇ ਹੱਥ ਜੋੜ ਕੇ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਮੁੱਦੇ ਤੇ ਆ ਕੇ ਥੋੜਾ ਧਿਆਨ ਦੇ ਔਰ ਛੇਤੀ ਤੋਂ ਛੇਤੀ ਦਾ ਹੱਲ ਕਰੋ। ਸਾਨੂੰ ਨੀ ਪਹਿਲਾਂ ਫੈਸਲਾ ਕੀਤਾ ਪੁਲ ਬਣਾਉਣਾ ਸੀ, ਸਾਡਾ ਪੁਲ ਬਣ ਗਿਆ, ਜਦ ਅਸੀਂ ਰਸਤਾ ਫੈਸਲਾ ਲੱਗਾ ਉਹ ਤਾਂ ਥੱਲੇ 5-6 ਘਰਾਂ ਨੇ ਹਰ ਦਿੱਕਤ ਪਾਤੀ। ਇਹ ਤਾਂ ਸਰਕਾਰ ਦੀ ਸਰਕਾਰੀ ਬਣਾਉਣਾ ਚਾਹੁੰਦੀ ਹੈ ਪੁਲ, ਪਰ ਸਰਕਾਰ ਦਾ ਕਹਿਣਾ ਵੀ ਨਾ ਮੰਨਦੇ ਹੈਗੇ, ਠੀਕ ਹੈ। ਇਹ ਸਾਡੇ ਬੱਚਿਆਂ ਸਕੂਲ ਵੀ ਦਿੱਕਤ ਹੋਇਆ ਕਰਦੀ ਆਉਣ ਜਾਣ ਵਾਸਤੇ, ਇੱਥੇ ਗੱਡੀਆਂ ਕਈ ਐਕਸੀਡੈਂਟ ਹੋ ਗਏ, ਕਈ ਪਲਟ ਗਈਆਂ ਗੱਡੀਆਂ 2-3, ਬੱਚਿਆਂ ਸਕੂਲ 'ਚ ਗੇਟ ਦਾ ਵੀ ਦਿੱਕਤ ਹੋ ਗਈ ਕੱਢਣ ਵਾਸਤੇ, ਸਾਨੂੰ ਬੱਚੇ ਦੀ ਪੜ੍ਹਾਈ ਵੀ ਦਿੱਕਤ ਹੁੰਦੀ ਹੈਗੀ। ਪਰੇਸ਼ਾਨੀ ਇਹ ਵੀ ਬੱਚਿਆਂ ਤੋਂ ਨਾ ਗੇਟ ਦਿੰਦੇ ਉਹ ਆਉਣ ਵਾਸਤੇ, ਨਾ ਉਹ ਰੋਡ ਦਿੰਦੇ ਕਿਸੇ ਪਾਸੇ ਨੂੰ, ਹੁਣ ਉਹਨੇ ਰੋਡ ਵਿੰਗ ਰੋਡ ਪਾਤਾ ਉਹ ਨਹੀਂ, ਸਿੱਧਾ ਰੋਡ ਨਹੀਂ ਬਣਨ ਦਿਆ ਸਾਡਾ, ਬਣਨ ਦਿਆ ਕਰਦੇ ਹੁਣ ਹੈਗੇ ਮੁਸ਼ਕਲ ਹੁੰਦੀ ਬੱਚੇ ਆਉਣ ਜਾਣ, ਰਾਤ ਬਾਤ ਵੀ ਆ ਜਾ ਨਹੀਂ ਸਕਦੇ ਸੀ, ਜਾਂ ਪੁਲ ਬਣ ਗਿਆ ਹੁਣ ਅੱਧੇ ਲੋਕਾਂ ਦਾ ਰੋਗ ਵੀ ਤਕਲੀਫ ਸੁਣਾਈ ਨਹੀਂ ਕਰਦੇ ਹੈਗੇ, ਸਾਨੂੰ
ਬੇਨਤੀ ਹੈ ਕਿ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ PWD ਮਹਿਕਮੇ ਦੁਆਰਾ ਜਿਹੜਾ ਪੁਲ ਉਸਾਰਿਆ ਗਿਆ ਹੈ, ਇਹਦੀ ਜਿਹੜੀ ਚੌੜਾਈ ਹੈ ਉਹ 24 ਫੁੱਟ ਹੈ, ਪਰ ਰਸਤਾ ਜਿਹੜਾ ਹੈ ਐਕਚੁਅਲੀ ਜੋ ਇੱਥੇ ਹੁਣ ਪੋਜੀਸ਼ਨ ਹੈ ਉਹ ਕੋਈ 10-12 ਫੁੱਟ ਹੈ, ਔਰ ਇਹ ਚੁਰਸਤਾ ਹੈ। ਚੁਰਸਤੇ ਦੇ ਕਾਰਨ ਜਿਹੜੀਆਂ ਛੋਟੀਆਂ ਗੱਡੀਆਂ ਹੀ ਮੋੜਨੀਆਂ ਇੱਥੇ ਮੁਸ਼ਕਲ ਹੈ, ਵੱਡੀਆਂ ਗੱਡੀਆਂ ਕਿਵੇਂ ਮੋੜੀਆਂ ਜਾਣਗੀਆਂ? ਬਹੁਤ ਵੱਡੀ ਸਮੱਸਿਆ ਹੈ। ਕਈ ਇੰਸੀਡੈਂਟ ਇੱਥੇ ਵਾਪਰ ਚੁੱਕੇ ਆ, ਨਾਲ ਸਕੂਲ ਹੈ, ਛੋਟੇ ਬੱਚੇ ਹੈ, ਛੁੱਟੀ ਹੁੰਦੀ ਹੈ, ਬੱਚੇ ਜਿਹੜੇ ਹੈ ਰਸ਼ਲੀ ਜਿਹੜੇ ਬਾਹਰ ਨੂੰ ਨਿਕਲਦੇ ਹੈ, ਐਕਸੀਡੈਂਟ ਹੋਣ ਦਾ ਖਤਰਾ ਹੈ। ਜਿਹੜੀ ਕੋਈ 19-21 ਜੇਕਰ ਹੁੰਦੀ ਹੈ ਤਾਂ ਇਹਦੇ ਬਾਰੇ 'ਚ ਜਿਹੜਾ ਮਹਿਕਮਾ ਜ਼ਿੰਮੇਵਾਰ ਹੈ। ਸਾਡੀ ਬੇਨਤੀ ਹੈ ਕਿ ਇਸ ਰਸਤੇ ਨੂੰ ਜਿਹੜਾ ਹੈ ਵਿਸ਼ੇਸ਼ ਧਿਆਨ ਦੇ ਕੇ ਇਹਨੂੰ ਚੇਂਜ ਦੇ ਤੌਰ 'ਤੇ ਜਿਹੜਾ ਹੈ ਮੌਕੇ 'ਤੇ ਦੇਖਿਆ ਜਾਵੇ, ਔਰ ਇਹਦਾ ਜਿਹੜਾ ਗੋਲ ਚੱਕਰ ਹੈ, ਜਿਹੜਾ ਚੁਰਸਤਾ ਹੈ, ਉਹਨੂੰ ਚੌੜਾ ਕੀਤਾ ਜਾਵੇ ਤਾਂ ਕਿ ਗੱਡੀਆਂ ਜਿਹੜੀਆਂ ਹੈ ਉਹ ਸਹੀ ਤਰੀਕੇ ਨਾਲ ਪਾਸ ਹੋ ਸਕਣ, ਕਿਸੇ ਪ੍ਰਕਾਰ ਦਾ ਜਿਹੜਾ ਜਾਨੀ ਮਾਨੀ ਜਿਹੜਾ ਨੁਕਸਾਨ ਹੈ ਉਹ ਨਾ ਹੋਵੇ ਤੇ ਬੱਚੇ ਜਿਹੜੇ ਸਾਡੇ ਸੇਫ ਰਹਿਣ। ਇੰਨੀ ਜਿਹੜੀ ਹੈ ਸਾਨੂੰ ਪ੍ਰੋਬਲਮ ਹੈ, ਔਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਇਹ ਜਿਹੜੀ ਬੇਨਤੀ ਹੈ ਛੇਤੀ ਤੋਂ ਛੇਤੀ ਸਵੀਕਾਰ ਕਰਕੇ ਇਸ ਕੰਮ ਨੂੰ ਚਾਲੂ ਕੀਤਾ ਜਾਵੇ।